ਅਰਜਨ ਭੁੱਲਰ ਨਾਲ ਮੇਲ ਮਲਾਪ ਕਿਦਾਂ ਹੋਇਆ ਸੀ ਨੈਚੁਰਲ ਗੱਲ ਹੈ ਕਿ ਜਦੋਂ ਵੀ ਕੋਈ ਪੰਜਾਬੀ ਕਿਸੇ ਵੀ ਜਗ੍ਹਾ ਤੇ ਵਰਲਡ ਦੇ ਕੋਨੇ ਤੇ ਜਾਂਦਾ ਉੱਥੇ ਪੰਜਾਬੀ ਮਿਲਦੇ ਹੀ ਮਿਲਦੇ ਨੇ ਤੇ ਪੰਜਾਬੀ ਛਾਇਆ ਵੀ ਹੋਏ ਨੇ ਜਦੋਂ ਆਏ ਤੇ ਫਿਰ ਗੱਲ ਇਦਾਂ ਦੀ ਬਣੀ ਕਿ ਵੀ ਆਪਾਂ ਪੰਜਾਬ ਦੇ ਛੇ ਨਾਲ ਇਦਾਂ ਦੀ ਕੋਲੈਬੋਰੇਸ਼ਨ ਕਰਾਂਗੇ ਤੇ ਹੁਣ ਜਿਹੜਾ ਨੈਕਸਟ ਇਹਨਾਂ ਦਾ ਮੈਚ ਹੋਣਾ ਹੈ 23 ਜੂਨ ਦੇ ਉਹ THAILAND ਦੇ ਅੰਦਰ ਹੈਗਾ ਇਹਨਾਂ ਦਾ ਮੁਕਾਬਲਾ ਰਸ਼ੀਅਨ ਦਾ ਨਾਲ ਜਿਨ੍ਹਾਂ ਨੇ ਇਹਨਾਂ ਨੂੰ ਚੈਲੰਜ ਕੀਤਾ ਅੱਛਾ ਕੀ ਲੱਗਦਾ ਫਿਊਚਰ ਦੇ ਵਿੱਚ ਅਰਜਨ ਭੁੱਲਰਾਂ ਮਿਲ ਕੇ ਪੰਜਾਬ ਦੇ ਸ਼ੇਰ ਨਾਲ ਮਿਲ ਕੇ ਕੋਈ ਹੋਰ ਟੈਲੈਂਟ ਇਦਾਂ ਦਾ ਫਾਈਂਡ ਆਊਟ ਕਰਕੇ ਉਹਨੂੰ ਅੱਗੇ ਪ੍ਰਮੋਟ ਕਰੋ ਪੰਜਾਬ ਦੇ ਸ਼ੇਰ ਦੀ ਟੀਮ ਹੁੰਦੀ ਹੈ ਸਾਡੇ ਸਾਰੇ ਪੰਜਾਬ ਦੇ ਕੋਈ ਨਾ ਕੋਈ ਬੰਦੇ ਕਦੀ ਹਾਕੀ ਟੀਮ ਬਲ ਕੈਪਟਨ ਆ ਗਿਆ ਕਦੀ ਕੋਈ ਆ ਗਿਆ ਤੇ ਇਹ ਇਹ ਇੱਕ ਜਿਹਨੂੰ ਸਪੋਰਟ ਕਰਨ ਵਾਲੀ ਗੱਲ ਹੈਗੀ ਹੈ ਸੋ ਰੈਸਲਿੰਗ ਦੀ ਜੇਕਰ ਗੱਲ ਕੀਤੀ ਜਾਵੇ ਤੇ ਅਰਜਨ ਪੁੱਲਰ ਕੈਨੇਡਾ ਦਾ ਨਾਮ ਉਹਦੇ ਜ਼ਰੂਰ ਆਂਦਾ ਹੈ ਵਨ ਹੈਵੀवेट ਰੈਸਲਿੰਗ ਚੈਂਪੀਅਨ ਬਣੇ ਸੀਗੇ ਉਸ ਤੋਂ ਬਾਅਦ ਹੋਰ ਵੱਡੇ ਮੁਕਾਬਲੇ ਵੀ ਹੋਣ ਜਾ ਰਹੇ ਨੇ ਤੇ ਉਸ ਉਹਨਾਂ ਨੂੰ ਪੰਜਾਬ ਦੇ ਸ਼ੇਰ ਟੀਮ ਨੂੰ ਲੈ ਕੇ ਜਿਹੜੇ ਨਾਲ ਚੱਲ ਰਹੇ ਨੇ ਪੁਨੀਤ ਸਿੰਘ ਜਿਹੜਾ ਸਾਰਾ ਨਾਲ ਦੇਖ ਰਹੇ ਨੇ ਅੱਗੇ ਕਿੱਦਾਂ ਦੀ ਫਿਊਚਰ ਪਲੈਨਿੰਗ ਰਹਿਣਗੀਆਂ ਅਰਜਨ ਪੁੱਲਰ ਦੀ ਰੈਸਲਿੰਗ ਜਿਵੇਂ ਨਾਲ ਗੱਲ ਕਰਦੇ ਹਾਂ ਸੋ ਪੁਨੀਤ ਜੀ ਪਹਿਲਾਂ ਤਾਂ ਇਹ ਸਵਾਲ ਜਾਣਨਾ ਚਾਹਾਂਗੇ ਅਰਜਨ ਪੁੱਲਰ ਨਾਲ ਮੇਲ ਮਲਾਪ ਕਿੱਦਾਂ ਹੋਇਆ ਸੀ ਅਰਜਨ ਪੁਲਰਨਲ ਮੁਲਾਕਾਤ ਹੋਈ ਸੀਗੀ ਕੈਨੇਡਾ ਚ ਹੋਈ ਸੀਗੀ ਇਨਫੈਕਟ ਪੁੱਛੋ ਕਿਉਂਕਿ ਪੰਜਾਬ ਤੋਂ ਹੈਗਾ ਨਾ ਨੈਚੁਰਲ ਗੱਲ ਹੈ ਕਿ ਜਦੋਂ ਵੀ ਕੋਈ ਪੰਜਾਬੀ ਕਿਸੇ ਵੀ ਜਗ੍ਹਾ ਤੇ ਵਰਲਡ ਦੇ ਕੋਨੇ ਤੇ ਜਾਂਦਾ ਉਥੇ ਪੰਜਾਬੀ ਮਿਲਦੇ ਹੀ ਮਿਲਦੇ ਨੇ ਤੇ ਪੰਜਾਬੀ ਛਾਇਆ ਵੀ ਹੋਏ ਨੇ ਤੇ ਸਾਨੂੰ ਕਹਿੰਦਾ ਖੂਨ ਨੂੰ ਖੂਨ ਆਵਾਜ਼ ਮਾਰਦਾ ਹਾਂ ਸੋ ਇਸ ਕਰਕੇ ਕੁਦਰਤੀ ਕੋਈ ਨਾ ਕੋਈ ਸਿਸਟਮ ਬਣ ਗਿਆ ਤੇ ਇਹਨਾਂ ਨਾਲ ਮੁਲਾਕਾਤ ਹੋ ਗਈ ਪਿਆਰ ਪੈ ਗਿਆ ਜਦੋਂ ਇਹ ਚੀਜ਼ ਹੋਈ ਇਹ ਕੋਵਿਡ ਤੋਂ ਪਹਿਲਾਂ ਕੋਵਿਡ ਦੇ ਵਿਚਕਾਰ ਹੀ ਇਨਫੈਕਟ ਹੀ ਗਾਟ ਦਿਸ ਚੈਂਪੀਅਨਸ਼ਿਪ ਜਿਹੜਾ ਮਿਲਿਆ ਨਾ ਉਹ ਉਸ ਤੋਂ ਬਾਅਦ ਪਹਿਲੀ ਵਾਰ ਭਰਾ ਇੰਡੀਆ ਆਇਆ ਤੇ ਜਦੋਂ ਉਹਨਾਂ ਨੇ ਮੇਰੇ ਨੂੰ ਫੋਨ ਕੀਤਾ ਆਈ ਵਾਸ ਸੋ ਹੈਪੀ ਮੈਂ ਕਹਾ ਸੋ ਡਿਲਾਈਟਡ ਫਿਰ ਗੱਲ ਹੋਈ ਆਪਣੇ ਸੀਸੀਐਲ ਦੇ ਮੈਚੇਸ ਚੱਲਦੇ ਪਏ ਸੀਗੇ ਸੋ ਅਸੀਂ ਇਦਾਂ ਦੀ ਗੱਲ ਸੋਚੀ ਕਿ ਬਈ ਹੀ ਸੈਟ ਕੇ ਯਾਰ ਆਈ ਐਮ ਆਈ ਐਮ ਸਪੋਰਟਿੰਗ ਯੂ ਪੀਪਲ ਮੈਂ ਕਹਾ ਯੂ ਆਰ ਸਪੋਰਟਿੰਗ ਅਸ ਵੀ ਆਰ ਆਲਸੋ ਸਪੋਰਟਿੰਗ ਯੂ ਜਦੋਂ ਆਏ ਤੇ ਫਿਰ ਗੱਲ ਇਦਾਂ ਦੀ ਬਣੀ ਕਿ ਬਈ ਆਪਾਂ ਪੰਜਾਬ ਦੇ ਸ਼ਹਿਰ ਨਾਲ ਇਦਾਂ ਦੀ ਕੋਲੈਬੋਰੇਸ਼ਨ ਕਰਾਂਗੇ ਕਿ ਜਦੋਂ ਵੀ ਸਾਡੇ ਮੈਚੇਸ ਹੋਣਗੇ ਹੀਲ ਵੀ देयर फॉर ਅਸ ਐਂਡ ਅਸੀਂ ਇਨ ਟੋਟੈਲਿਟੀ ਪੰਜਾਬ ਪੰਜਾਬ ਦੇ ਸ਼ਹਿਰ ਆਈ ਊਡ ਸੇ ਇੰਟਾਇਰ ਪੰਜਾਬ ਵਿਲ ਕੰਪਲੀਟਲੀ ਸਪੋਰਟ ਹਿਮ ਕਿਉਂਕਿ ਹੁਣ ਜਿਹੜਾ ਨੈਕਸਟ ਇਹਨਾਂ ਦਾ ਮੈਚ ਹੋਣਾ ਹੈ 23 ਜੂਨ ਦੇ ਉਹ ਥਾਈਲੈਂਡ ਦੇ ਅੰਦਰ ਹੈਗਾ ਇਹਨਾਂ ਦਾ ਮੁਕਾਬਲਾ ਹੈ ਕ੍ਰਿਸ਼ੀਅਨ ਦੇ ਨਾਲ ਜਿਨੇ ਇਹਨਾਂ ਨੂੰ ਚੈਲੰਜ ਕੀਤਾ ਸੋ ਡੈਫੀਨਿਟਲੀ ਅਸੀਂ ਤੇ ਪੂਰੇ ਜ਼ੋਰ ਨਾਲ ਸਪੋਰਟ ਕਰਾਂਗੇ ਔਰ 99% ਕੋਸ਼ਿਸ਼ ਰਹੇਗੀ ਕਿ ਸਾਰੇ ਆਪਾਂ ਉੱਥੇ ਪਹੁੰਚੀਏ ਵੀ ਕੋਸਟਲੀ ਸੋ ਵੱਡਾ ਮੁਕਾਬਲਾ ਹੋ ਰਿਹਾ ਪਨੀ ਜੀ ਸੋ ਕਿੱਦਾਂ ਲੱਗਦਾ ਕਿਤਨਾ ਕਿਤੇ ਖਿਡਾਰੀ ਨੂੰ ਸਭ ਤੋਂ ਜ਼ਿਆਦਾ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ ਹਨਾ ਮੈਂ ਸਿੱਧੀ ਗੱਲ ਕਰਾਂ ਪੈਸਾ ਉਸ ਹਿਸਾਬ ਨਾਲ ਚਾਹੀਦਾ ਕਿ ਜਿੱਦ ਦੀ ਫੈਸਿਲਿਟੀ ਮਿਲੇ ਤੇ ਖਿਡਾਰੀ ਆਪਣਾ ਬੈਸਟ ਦੇ ਸਕੇ ਉਹਨੂੰ ਲੈ ਕੇ ਵੀ ਪੂਰਾ ਕੁਝ ਤਿਆਰੀ ਰਹੇਗੀ ਨੇ ਇਹਨਾਂ ਦੀ ਤੇ ਹੁਣ ਪੂਰੀ ਦੇਖੋ ਜਦੋਂ ਬੰਦੇ ਦੀ ਸਟਰਗਲ ਹੁੰਦੀ ਹੈ ਜਦੋਂ ਬੰਦਾ ਇੱਕ ਮੁਕਾਮ ਤੱਕ ਨਾ ਪਹੁੰਚੇ ਮੁਕਾਮ ਤੇ ਪਹੁੰਚਣ ਤੋਂ ਬਾਅਦ ਫਿਰ ਦੁਨੀਆ ਨਾਲ ਆ ਜਾਂਦੀ ਹੈ ਸੋ ਹੀ ਇਜ਼ ਆਟ ਲੈਵਲ ਵੈਨ ਇਨ ਐਨੀ ਕੇਸ ਹੀ ਡੋਸਨਟ ਨੀਡ ਐਨੀ ਸਪੋਰਟ ਨਾਓ ਅਸੀਂ ਸਪੋਰਟ ਕਰ ਰਹੇ ਹਾਂ ਸਾਰੇ ਬਟ ਦੈਟ ਇਜ਼ ਮੋਰ ਆਫ ਮੋਰਲ ਸਪੋਰਟ ਕਿਉਂਕਿ ਹੁਣ ਵਾਂਸ ਯੂ ਬਿਕਮ ਅ ਵਰਲਡ ਚੈਂਪੀਅਨ ਤੋ ਨੂੰ ਕੀ ਸਪੋਰਟ ਦੀ ਲੋੜ ਉੱਪਰ ਕੁਝ ਰਹਿ ਨਹੀਂ ਜਾਂਦਾ ਅੱਛਾ ਕੀ ਲੱਗਦਾ ਫਿਊਚਰ ਦੇ ਵਿੱਚ ਅਰਜਨ ਭੁੱਲਰਾਂ ਮਿਲ ਕੇ ਪੰਜਾਬ ਦੇ ਛੇ ਨਾ ਮਿਲ ਕੇ ਕੋਈ ਹੋਰ ਟੈਲੈਂਟ ਇਦਾਂ ਦਾ ਫਾਈਂਡ ਆਊਟ ਕਰਕੇ ਉਹਨੂੰ ਅੱਗੇ ਪੰਜਾਬ ਦੇ ਸ਼ੇਰ ਹਾਲਾਂਕਿ ਕੈਨੂ ਕ੍ਰਿਕਟ ਦੀ ਟੀਮ ਹੈਗੀ ਹੈ ਲੇਕਿਨ ਪੰਜਾਬ ਦੇ ਸ਼ੇਰ ਦੇ ਅੰਦਰ ਹੈਗੇ ਸਾਰੇ ਆਰਟਿਸਟ ਨੇ ਠੀਕ ਹੈ ਸੋ ਉਹ ਕ੍ਰਿਕਟ ਵੀ ਹੈ ਯੂ ਵਰਡ ਸਪੋਰਟਸ ਹੋ ਗਿਆ ਐਂਟਰਟੇਨਮੈਂਟ ਹੋ ਗਿਆ ਹਰ ਬੰਦੇ ਨੇ ਆਪਣੇ ਆਪਣੇ ਫੀਲਡ ਦੇ ਕੋਈ ਨਾ ਕੋਈ ਟੈਲੈਂਟ ਹੈ ਕੋਈ ਟੈਲੈਂਟ ਹੈ ਸੋ ਅਸੀਂ ਉਸੇ ਸਾਹਬ ਨਾਲ ਐਨੀਥਿੰਗ ਟੂ ਡੂ ਵਿਦ ਅ ਸਪੋਰਟਸ ਜਦੋਂ ਅਸੀਂ ਵੀ ਕਦੀ ਪੰਜਾਬ ਦੇ ਸ਼ੇਰ ਦੀ ਟੀਮ ਹੁੰਦੀ ਹੈ ਸਾਡੇ ਸਾਰੇ ਪੰਜਾਬ ਦੇ ਕੋਈ ਨਾ ਕੋਈ ਬੰਦੇ ਕਦੀ ਹਾਕੀ ਟੀਮ ਵਾਲੇ ਕੈਪਟਨ ਆ ਗਿਆ ਕਦੀ ਕੋਈ ਆ ਗਿਆ ਤੇ ਇਹ ਇਹ ਇੱਕ ਦੂਜੇ ਨੂੰ ਸਪੋਰਟ ਕਰਨ ਵਾਲੀ ਗੱਲ ਹੈਗੀ ਹੈ ਸੋ ਫਰਮ ਦੈਟ ਪੁਆਇੰਟ ਆਫ ਊ ਡੈਫੀਨਿਟਲੀ ਅਸੀਂ ਕੋਈ ਵੀ ਇਦਾਂ ਦੀ ਚੀਜ਼ ਹੋ ਗਈ 80 80 ਸਾਡੀ ਟੀਮ ਹਰ ਜਗ੍ਹਾ ਖੜੀ ਹੈ ਦਿੱਸੇ ਕੋ ਪੰਜਾਬੀ ਆ ਪੰਜਾਬੀ ਆ ਪੰਜਾਬੀ ਆਦੀ ਗੱਲ ਆਂਦੀ ਹੈਗੀ ਹੈ ਕਿਸੇ ਵੀ ਫੀਲਡ ਦੇ ਅੰਦਰ ਸੋ ਪੁਨੀਤ ਰਾਨਾ ਨਾਲ ਗੱਲਬਾਤ ਚੱਲ ਰਹੀ ਸੀ ਕਹਿੰਦੇ ਪੰਜਾਬ ਦੇ ਸ਼ੇਰ ਦਾ ਮਕਸਦ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਇੱਕ ਫੀਲਡ ਨੂੰ ਲੈ ਕੇ ਚੱਲ ਰਹੇ ਹਾਂ ਜਿੱਥੇ ਕਿਤੇ ਵੀ ਭਾਵੇਂ ਉਹ ਸੰਗੀਤ ਦੀ ਗੱਲ ਹੋਵੇ ਖੇਡਾਂ ਦੀ ਗੱਲ ਹੋਵੇ ਜਾਂ ਕਿਸੇ ਚ ਹੋਰ ਤਰ੍ਹਾਂ ਦੀ ਕਿਤੇ ਦੀ ਹੁਨਰ ਦੀ ਗੱਲ ਹੋਏਗੀ ਤੇ ਜੇਕਰ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀਆਂ ਨੂੰ ਪ੍ਰੋਮੋਟ ਕਰ ਰਿਹਾ ਹੈ ਤਾਂ ਜਿਵੇਂ ਅਰਜਨ ਪੁੱਲਰ ਨਾਲ ਅਸੀਂ ਖੜੇ ਹੋਏ ਹਾਂ ਭਾਵੇਂ ਇੱਕ ਮੋਰਲ سپورਟ ਵੀ ਕਦੇ ਬਹੁਤ ਵੱਡੀ ਲੋੜ ਹੁੰਦੀ ਹੈ ਜਦੋਂ ਬੰਦੇ ਨੂੰ ਕਿਤੇ ਨਾ ਕਿਸੇ ਲੈਵਲ ਤੇ ਚਾਹੀਦੀ ਹੁੰਦੀ ਹੈ ਭਾਵੇਂ ਉਹਦੇ ਕੋਲ ਸਭ ਕੁਝ ਹੋਵੇ ਸੋ ਉਦਾਂ ਦਾ ਇੱਕ ਕਈ ਆਪਾਂ ਬੂਸਟ ਜਿਹੜਾ ਹੈ ਪੁਨੀਤ ਵਰਗੇ ਜ ਪਦਾ ਰੋਸ਼ਨ ਨਾਮ ਕਰਨ ਵਾਲੇ ਅਰਜਨ ਪੁੱਲਰ ਵੀ ਕਹੀਂ ਪੈਦਾ ਹੋਣਗੇ ਵੀਜੇ ਮੋਹਨ ਦੇ ਨਾਲ ਬਲਜੀਤ ਪ੍ਰਵਾਹ ਚੰਡੀਗੜ੍ਹ